ਅਸਲਾਮੁਅਲੈਕੁਮ ਦੋਸਤੋ, ਅੱਜ ਜਿਹੜੀ ਮੈਂ ਨਜ਼ਮ ਦਾ ਤੋਹਫ਼ਾ ਤੁਹਾਡੇ ਵਾਸਤੇ ਲੈ ਕੇ ਆਇਆ, ਉਹਦਾ ਉਨਵਾਨ ਹੈ ਮੱਖਣ ਅਤੇ ਚੂਨਾ। ਤਖੀਲ ਕੁਛ ਇਸ ਤਰ੍ਹਾਂ ਹੈ ਕਿ ਇੱਕ ਲੜਕਾ ਕਿਸੇ ਸਿਆਣੇ ਬੰਦੇ ਕੋਲ ਜਾਂਦਾ, ਉਹਨੂੰ ਕਹਿੰਦਾ ਮੈਨੂੰ ਕਾਮਯਾਬੀ ਦਾ ਰਾਜ਼ ਦੱਸ, ਅਤੇ ਉਹਨੂੰ ਕਹਿੰਦਾ ਇੱਕ ਹੱਥ 'ਚ ਮੱਖਣ ਰੱਖ ਲੈ ਅਤੇ ਇੱਕ ਹੱਥ 'ਚ ਚੂਨਾ ਰੱਖ ਲੈ, ਜਿੱਥੇ ਮੱਖਣ ਲੱਗੇ ਮੱਖਣ ਲਾ ਦੇ, ਜਿੱਥੇ ਚੂਨਾ ਲੱਗੇ ਚੂਨਾ ਲਾ ਦੇ, ਅਤੇ ਇਹ ਉਹਦੀ ਕਾਮਯਾਬੀ ਦਾ ਰਾਜ਼। ਨਜ਼ਮ ਕੁਛ ਇਸ ਤਰ੍ਹਾਂ ਹੈ, ਇੱਕ ਮਹਾਤੜ ਮੁੰਡਾ ਨਾ ਆਇਆ ਬਾਜ਼ ਸੀ, ਪੁੱਛਿਆ ਉਹਨੇ ਸੀ ਕਾਮਯਾਬੀ ਦਾ ਰਾਜ਼ ਕੀ। ਇੱਕ ਸਿਆਣੇ ਬੰਦੇ ਉਹਨੂੰ ਇਹ ਦੱਸਿਆ ਸੀ, ਢੀਲਾ ਅਕਲ ਦਾ ਪੇਚ ਉਹਨੇ ਕੱਸਿਆ ਸੀ। ਸ਼ਰਟ ਆਪਣੀ ਦੇ ਉੱਤੇ ਖੋਲ ਨਵੀਂ ਬਟਨ, ਇੱਕ ਹੱਥ ਵਿੱਚ ਫੇਰ ਫੜ ਲਵੀ ਮੱਖਣ, ਸੱਜੀ ਨਾ ਵੱਜੇ ਅਤੇ ਖੱਬੀ ਰੱਖ ਦੇਵੀਂ, ਦੂਜੇ ਹੱਥ ਉੱਤੇ ਵੀ ਚੂਨਾ ਰੱਖ ਲਵੀ, ਅਤੇ ਆਖਰੀ ਸ਼ੇਅ 'ਚ ਉਹਦਾ ਮੇਨ ਨੈਟਸ਼ੈਲ ਦੱਸ ਦਿੰਦਾ ਕਿ ਜੇ ਹੋਣਾ ਕਾਮਯਾਬ ਤਾਂ ਜ਼ੋਰ ਦੂਨਾ ਲਾ, ਲੱਗੇ ਜੇ ਨਾ ਮੱਖਣ ਤਾਂ ਫਿਰ ਚੂਨਾ ਲਾ। ਓਕੇ ਜੀ, ਅੱਲਾ ਹਾਫਿਜ਼।